ਤੁਹਾਨੂੰ ਵੀ ਸਿਕਣਾ ਪੈਣਾ ਵੀ ਕੁੱਟ ਜਾਣਾ ਲੱਤਾਂ ਦੇ ਰੋਲੀ ਚਾਰ ਪੰਜ ਜਾਣਾ। ਜਦੋਂ ਤੁਸੀਂ ਕਿਸੇ ਵੀ ਸਰਕਟ ਤੇ ਇੱਕ ਪੁਆਇੰਟ ਤੇ ਦਿੱਤਾ ਗਰਮ ਕਰੰਟ, ਹਾਂਜੀ ਇੱਕ ਪੁਆਇੰਟ ਤੇ ਦਿੱਤਾ ਗਰਮ ਕਰੰਟ, ਉਸ ਤੇ ਜਿਹੜੀ ਤੁਹਾਡੀ ਵੋਲਟੇਜ ਸੀ 12 ਵੋਲਟੇਜ, ਕਲੀਅਰ ਹੈ ਜੀ, ਉਸ ਬੱਲਬ ਤੇ ਵੀ ਜਿਹੜਾ ਤੁਹਾਡਾ ਵੋਲਟੇਜ ਹੈਗਾ 12 ਹੀ ਆਏਗਾ। ਉਸੇ ਪੁਆਇੰਟ ਤੋਂ ਤੁਸੀਂ ਲਾਈਨ ਦੇ ਵਿੱਚ ਚੱਲ ਪਏ, ਇੱਕ ਦੇ ਵਿੱਚ ਗਰਮ ਦਿੱਤਾ, ਇੱਕ ਦੇ ਵਿੱਚ ਠੰਡਾ ਨੈਗੇਟਿਵ, ਤੁਸੀਂ ਇਹਦੇ ਵਿੱਚ ਅਗਰ 10-10, 20 ਵੀ ਜਿੰਨੇ ਮਰਜ਼ੀ ਬੱਲਬ ਲਗਾ ਲਓ, ਵੋਲਟੇਜ ਤੁਹਾਡਾ ਸੇਮ ਰਹੇਗਾ 12 ਤਾਂ 12, ਉਹ ਤੁਹਾਡਾ ਕਹਿਲਾਏਗਾ ਪੈਰਲਰ ਸਰਕਟ। ਮਿਸਟਰ ਜੀ ਉਹ ਤੁਹਾਡਾ ਕਹਿਲਾਏਗਾ ਪੈਰਲਰ ਸਰਕਟ, ਹਰ ਬੱਲਬ ਤੇ ਜਿਹੜਾ ਤੁਹਾਡਾ ਵੋਲਟੇਜ 12 ਆਏਗਾ, ਕਲੀਅਰ ਹੈ ਜੀ। ਉਸ ਤੋਂ ਬਾਅਦ ਜਿਵੇਂ ਤੁਸੀਂ ਬੈਟਰੀਆਂ ਨੂੰ ਸੀਰੀਜ਼ ਵਿੱਚ ਜੋੜਦੇ ਹੋ, ਤੁਹਾਡਾ ਵੋਲਟੇਜ 24 ਹੋ ਜਾਂਦਾ। ਹੁਣ ਜਦੋਂ ਤੁਸੀਂ ਸਪਲਾਈ ਤੁਹਾਡੀ ਕਿੰਨੀ 12 ਵੋਲਟੇਜ ਸੀ, ਬੱਲਬਾਂ ਦੇ ਵਿੱਚ ਸੀਰੀਜ਼ ਵਿੱਚ ਲਗਾਇਆ, ਇੱਕ ਪੁਆਇੰਟ ਨੂੰ ਠੰਡਾ ਤੇ ਇੱਕ ਨੂੰ ਗਰਮ ਦੇ ਗਏ, ਤੁਹਾਡਾ ਵੋਲਟੇਜ ਡਾਊਨ ਚਲਾ ਜਾਏਗਾ। ਦੋ ਬੱਲਬ ਲਗਾਏ ਤਾਂ 6 ਵੋਲਟੇਜ, 3 ਲਗਾਵਾਂਗੇ ਤਾਂ 4। ਜਿਵੇਂ ਜਿਵੇਂ ਤੁਸੀਂ ਮਿਸਤਰੀ ਜੀ ਬੱਲਬ ਵਧਾਉਂਦੇ ਜਾਓਗੇ, ਤੁਹਾਡਾ ਵੋਲਟੇਜ ਡਾਊਨ ਹੋਣਾ ਸ਼ੁਰੂ ਹੋ ਜਾਏਗਾ, ਲੇਕਿਨ 0 ਕਦੇ ਵੀ ਨਹੀਂ ਹੋਏਗਾ। ਇਹਦੇ ਵਿੱਚ ਚਾਹੇ ਤੁਸੀਂ 10 ਬੱਲਬ ਲਗਾ ਲਓ, ਚਾਹੇ 50 ਲਗਾ ਲਓ, ਚਾਹੇ 100 ਬੱਲਬ ਲਗਾ ਲਓ, ਦਸ਼ਾਂ ਬੱਲਬ ਵਿੱਚ ਆ ਜਾਏਗਾ, 0 ਕਦੇ ਵੀ ਨਹੀਂ ਹੋਏਗਾ। ਪਰਵ ਆ ਰਿਹਾ ਪੂਰਾ ਕਾਰਨ ਮਿਸਤਰੀ ਜੀ, ਵੋਲਟੇਜ ਕਦੇ ਵੀ 0 ਨਹੀਂ ਹੋਏਗਾ, ਠੀਕ ਹੈ ਜੀ। ਵੋਲਟੇਜ 0 ਹੋਏਗਾ ਤਾਂ ਖਤਮ ਹੋ ਜਾਣਾ, ਵੋਲਟੇਜ ਸਪਲਾਈ ਤਾਂ ਆ ਰਹੀ ਹੈ ਨਾ ਪਿੱਛੋਂ, 12 ਤੋਂ ਦਸ਼ਾਂ ਬੱਲਬ ਜਾ, ਨੈਗੇਟਿਵ ਚ ਹੀ ਨਹੀਂ, ਨੈਗੇਟਿਵ ਤਾਂ ਹੋ ਹੀ ਨਹੀਂ ਸਕਦਾ, ਕਦੇ ਦਸ਼ਾਂ ਬੱਲਬ ਚ ਜਾਣਾ ਸ਼ੁਰੂ ਕਰ ਦੇਗਾ 5 ਵਾਰ, ਲੇਕਿਨ 0 ਕਦੇ ਕਦੇ ਹੋਏਗਾ, ਕਲੀਅਰ ਹੈ ਜੀ। ਇਹ ਤੁਹਾਨੂੰ ਸੀਰੀਜ਼ ਤੇ ਪੈਰਲਰ ਦੱਸਣ ਦਾ ਇਹਨਾਂ ਇੰਜਨਾਂ ਦੇ ਨਾਲ ਕੀ ਲਿੰਕ ਆ। ਇਹ ਸਰ ਆ ਹੋ ਗਈ ਠੰਡੀ ਕਿਆ ਗਰਮ, ਤੇ ਇਹ ਜਿਹੜੀ ਇਹ ਮਿਸਤਰੀ ਸਰਕਟ ਬਣਾਇਆ ਨਾ ਮਿਸਤਰੀ, ਅੱਛਾ ਸਰਕਟ ਬਣਾਇਆ ਤੁਸੀਂ ਆਪਣਾ, ਹਾਂ ਇਹ ਮਿਸਤਰੀ ਜੀ ਸਰਕਟਸ ਮੈਂ ਨਹੀਂ ਬਣਾਇਆ, ਇਹ ਸਰਕਟਸ ਆਲਰੇਡੀ ਗੱਡੀਆਂ ਵਿੱਚ ਆਉਂਦੇ ਨੇ, ਬਟ ਦਿੱਕਤ ਕੀ ਆ ਕਿ ਤੁਸੀਂ ਅੱਜ ਤੱਕ ਕਦੇ ਇੱਕ ਬੱਲਬ ਵੀ ਚੇਂਜ ਨਹੀਂ ਕੀਤਾ, ਇਲੈਕਟ੍ਰੀਕਲ ਦੇ ਵਿੱਚ ਗਏ ਨਹੀਂ, ਗਏ ਨੇ ਉਹਦਾ, ਬਟ ਹੁਣ ਨਹੀਂ ਚੱਲਣ ਵਾਲਾ, ਤੁਹਾਨੂੰ ਇਲੈਕਟ੍ਰੀਕਲ ਚ ਐਂਟਰ ਕਰਨਾ ਪਏਗਾ। ਮਿਸਤਰੀ ਜੀ ਇਹਨਾਂ ਇੰਜਨਾਂ ਦੇ ਵਿੱਚ ਸੀਰੀਜ਼ ਤੇ ਪੈਰਲਰ ਦਾ ਕੀ ਮਤਲਬ ਹੈ? ਪੁਰਾਣੀ ਗੱਡੀਆਂ ਦੇ ਵਿੱਚ ਕਿਸੇ ਸੈਂਸਰ ਕਿਸੇ ਦਿੱਕਤ ਤੁਸੀਂ ਉਹਨੂੰ ਡਾਇਰੈਕਟ ਸਪਲਾਈ ਦੇ ਕੇ ਚੈੱਕ ਕਰ ਲੈਂਦੇ ਸੀ, ਇਹਨਾਂ ਗੱਡੀਆਂ ਦੇ ਵਿੱਚ ਕਿਸੇ ਵੀ ਸੈਂਸਰ ਨੂੰ ਕਿਸੇ ਵੀ ਤਾਰ ਨੂੰ ਡਾਇਰੈਕਟ ਬੈਟਰੀ ਤੋਂ ਸਪਲਾਈ ਨਹੀਂ ਦਿੰਦੇ, 5 ਪੁਆਇੰਟ ਤੇ ਕਰੰਟ ਚੱਲ ਜਾਂਦਾ। ਅਗਰ ਤੁਸੀਂ ਕਿਸੇ ਸੈਂਸਰ ਨੂੰ ਡਾਇਰੈਕਟ ਕੀਤਾ, ਕਿਉਂਕਿ ਤੁਹਾਨੂੰ ਨਹੀਂ ਪਤਾ ਉਹਦੇ ਚ ECM ਦੁਆਰਾ ਕਿੰਨਾ ਵੋਲਟੇਜ ਆ ਰਿਹਾ, ਕਿਸੇ ਚ 2, 2.5, 3, 5, 7 ਅਲੱਗ ਅਲੱਗ ਵੋਲਟੇਜ ਦੀ ਸਪਲਾਈ, ਅਗਰ ਤੁਸੀਂ ਉਸ ਨੂੰ ਡਾਇਰੈਕਟ ਦਿੱਤਾ, ਪੂਰੇ ਦਾ ਪੂਰਾ ਸਿਸਟਮ ਤੁਹਾਡਾ ਡੈਮੇਜ, ਕਲੀਅਰ ਹੈ ਜੀ। ਦੂਸਰਾ ਇਹ ਜਿਹੜੀਆਂ ਗੱਡੀਆਂ ਤੁਹਾਡੀਆਂ 12 ਵੋਲਟੇਜ ਦੀਆਂ ਨੇ, ਉਹਨਾਂ ਨੂੰ 24 ਦੇ ਵਿੱਚ ਸਟਾਰਟ ਨਹੀਂ ਕਰਾਇਆ, ਜਿਹੜੀਆਂ ਸੈਂਸਰ ਵਾਲੀਆਂ ਨੇ ਜਿਹੜੀਆਂ ਗੱਡੀਆਂ ਤੁਹਾਡੀ 12 ਵੋਲਟੇਜ ਆ, ਸਾਰੀਆਂ ਸੈਂਸਰ 24 ਵੋਲਟੇਜ ਵੋਲਵੋ ਆ ਰਹੀ ਆ ਆਪਣੀਆਂ, ਕਲੀਅਰ ਹੈ ਜੀ। ਉਹਨਾਂ ਗੱਡੀਆਂ ਨੂੰ ਤੁਸੀਂ 12 ਦੇ ਵਿੱਚ ਹੀ ਸਟਾਰਟ ਪੈਰਲਰ ਚ ਲਗਾ ਲਓ, ਗਰਮ ਤੋਂ ਗਰਮ, ਠੰਡੇ ਤੋਂ ਠੰਡਾ, 24 ਦੇ ਵਿੱਚ ਸਟਾਰਟ ਨਹੀਂ। ਸਭ ਤੋਂ ਇੰਪੋਰਟੈਂਟ ਤੇ ਜਿਹੜੀਆਂ 24 ਵੋਲਟ ਵਾਲੀਆਂ ਨੇ, ਉਹਨੂੰ ਤਾਂ 24 ਕਰ ਹੀ ਸਕਦੇ ਹੋ, 24 ਕਰ ਲੋਗੇ ਨਾ, ਉਹ ਤਾਂ 12 ਹੋਣੀ ਨੀ, ਉਹ ਤਾਂ ਪੜ੍ਹਨ ਲੱਗ ਪਏ ਕਰ ਲੋਗੇ। ਇਹਨਾਂ ਗੱਡੀਆਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਗੱਡੀਆਂ 12 ਵੋਲਟੇਜ ਦੀਆਂ ਨੇ, ਅਗਰ ਤੁਹਾਡੀ ਬੈਟਰੀ ਦੀ ਵੋਲਟੇਜ 11, 11.5 ਤੋਂ ਡਾਊਨ ਗਈ, ਇੰਜਨ ਤਾਂ ਘੁੰਮੂਗਾ ਪੂਰਾ, ਲੇਕਿਨ ਗੱਡੀ ਸਟਾਰਟ ਨਹੀਂ ਆਈ, ECM ਨੂੰ ਸਪਲਾਈ, ਕਲੀਅਰ ਹੈ ਜੀ। ਅੱਗੇ ਚਲੀਏ, ਕਿਸ ਕਿਸ ਨੂੰ ਲਗਾਉਣੀ ਹੈ ਮਿਸਤਰੀ ਜੀ? ਕਿਸੇ ਨੂੰ 85, 87 ਏਦਾਂ ਨੰਬਰ ਹੈਗਾ, ਬਿਲਕੁਲ ਕਿਉਂਕਿ ਤੁਸੀਂ ਅੱਗੇ ਆ ਜਾਓ 31 ਨੰਬਰ ਹੈ, ਬਿਲਕੁਲ 30 ਤਾਂ ਸਪਲਾਈ ਆਉਂਦੀ ਹੈ ਮਿਸਤਰੀ ਜੀ। ਅਗਰ ਕਿਸੇ ਨੂੰ ਤੁਹਾਨੂੰ ਖੜੇ ਚ ਦਿੱਕਤ ਹੈ ਤਾਂ ਇੱਕ ਜਾਂ ਦੋ ਮਕੈਨਿਕ ਆਰਾਮ ਨਾਲ ਸੀਟਿੰਗ ਕਰ ਸਕਦੇ, ਕੋਈ ਚੱਕਰ ਨਹੀਂ, ਤੁਸੀਂ ਬੈਠ ਜਾਓ, ਕੋਈ ਚੱਕਰ ਨਹੀਂ, ਕਲੀਅਰ ਹੈ ਜੀ। ਦੁਨੀਆਂ ਵਿੱਚ ਕਿਤੇ ਵੀ ਚਲੇ ਜਾਓ, ਅਗਰ ਤੁਹਾਨੂੰ ਇਹ 4 ਪਿੰਨ ਵਾਲੀ ਰਿਲੇ ਮਿਲਦੀ ਆ, ਉਹਦੇ ਉੱਪਰ ਤੁਹਾਨੂੰ ਇਹੀ ਨੰਬਰ ਮਿਲਣਗੇ, 30 ਨੰਬਰ, 85 ਨੰਬਰ, 86 ਨੰਬਰ, 87 ਨੰਬਰ, ਇਹ ਨੰਬਰ ਤੁਹਾਨੂੰ ਕਿੱਥੇ ਲਿਖੇ ਮਿਲਣਗੇ? ਰਿਲੇ ਦੇ ਨੀਚੇ,
ਹਾਂ ਉੱਤੇ ਨੀਚੇ ਵਟਾਵਰ ਠੀਕ ਆ, ਕੋਈ ਦਿੱਕਤ ਨਹੀਂ। ਕਲੀਅਰ ਹੈ ਜੀ? ਇਹ ਤਾਂ ਸਿਰਫ ਮੇਰੇ ਵਾਸਤੇ ਹੈ ਜਾਂ ਤੁਹਾਨੂੰ ਦਿਖਾਉਣ ਵਾਸਤੇ ਹੈ, ਤੁਹਾਡੇ ਕੋਲ ਸਿਰਫ ਰਿਲੇ ਹੋਏਗੀ, ਇਹ ਨੰਬਰ ਤੁਹਾਨੂੰ ਮਿਲਣਗੇ ਰਿਲੇ ਦੇ ਨੀਚੇ ਜਾਂ ਨੀਚੇ ਉੱਤੇ ਵਟਾਵਰ ਕੂਲਰ। ਜਦੋਂ ਵੀ ਤੁਸੀਂ ਰਿਲੇ ਫਿੱਟ ਕਰਨੀ ਆ, ਅਗਰ ਚਾਰ ਪੰਨ ਵਾਲੀ ਰਿਲੇ ਲਈ, 30 ਨੰਬਰ ਤੇ ਜਾਏਗਾ ਤੁਹਾਡਾ ਗਰਮ ਕਰੰਟ, ਮੇਨ ਕਰੰਟ। ਠੀਕ ਹੈ ਜੀ 86 ਨੰਬਰ ਤੇ ਜਾਏਗਾ ਤੁਹਾਡਾ ਠੰਡਾ 86 ਨੰਬਰ ਤੇ ਜਾਏਗਾ ਤੁਹਾਡਾ ਨੈਗੇਟਿਵ। ਉਸ ਤੋਂ ਬਾਅਦ ਕਿਸੇ ਵੀ ਸਿਸਟਮ ਤੇ ਕਿਸੇ ਵੀ ਤੁਹਾਡਾ ਹੋਰਨ ਲੱਗਿਆ, ਬੈਟਰੀ ਲੱਗਿਆ, ਬੈਟਰੀ ਤੋਂ ਜੋ ਸਪਲਾਈ ਤੋਂ ਬਾਅਦ ਕੁਛ ਵੀ ਸਿਸਟਮ ਚੱਲਦਾ ਵਾ, ਬੱਲਬ ਲੱਗਿਆ, ਉਸੇ ਦੇ ਉੱਪਰ ਦੋ ਤਾਰਾਂ ਆ ਰਹੀਆਂ ਹੁੰਦੀਆਂ, ਇੱਕ ਗਰਮ ਦੀ, ਇੱਕ ਉਹ ਤੁਹਾਡੀ ਤਾਰਾਂ ਦੀ ਅੰਦਰੋਂ ਸਵਿੱਚ ਤੋਂ, ਹੋਰਨ ਪੈਡ ਤੋਂ ਜਾਂ ਕੰਬਰੀਸ਼ਨ ਸਵਿੱਚ ਤੋਂ ਕਿਤੋਂ ਵੀ। ਅਗਰ ਮੰਨ ਲਓ ਤੁਹਾਡਾ ਇਹ ਕੰਬਰੀਸ਼ਨ ਸਵਿੱਚ ਆ ਜਾਂ ਤੁਹਾਡਾ ਇਗਨੀਸ਼ਨ ਸਵਿੱਚ ਆ ਜਾਂ ਤੁਹਾਡਾ ਕੁਛ ਵੀ ਆ, 30, 87, 86, 87, 84, ਇਸ ਨੂੰ ਤੁਸੀਂ ਰਿਲੇ ਦੇ ਦੋਨੋਂ ਪੰਜ ਟੱਚ ਕਰਕੇ ਦੇਖੋ, ਜਿੱਥੇ ਤੁਹਾਡੀ ਰਿਲੇ ਟਿਕ ਟਿਕ ਕਰੇਗੀ ਉੱਥੇ ਤੁਸੀਂ 85 ਨੰਬਰ ਤੇ ਪੋਜ਼ਿਟਿਵ ਸਪਲਾਈ ਦੇ। ਸਵਿੱਚ ਲਾਉਣ ਦਾ ਮੇਨ ਕਾਰਨ ਹੈ ਕੱਲ ਨੂੰ ਓਵਰ ਵੋਲਟੇਜ ਆਏ, ਸ਼ਾਰਟ ਸਰਕਟ ਤੇ ਸਵਿੱਚ ਤੁਹਾਡੇ ਹੱਥ ਵਿੱਚ ਆ, ਇਹਨੂੰ ਤੁਸੀਂ ਬੰਦ ਕਰ ਸਕਦੇ ਹੋ। 85 ਨੰਬਰ ਤੇ ਸਪਲਾਈ ਦੇਣ ਦਾ ਮੇਨ ਮਕਸਦ ਆ, ਇੱਥੋਂ ਹੀ ਤੁਹਾਡੀ ਰਿਲੇ ਆਨ ਹੁੰਦੀ ਆ। ਅਗਰ ਤੁਸੀਂ ਡਾਇਰੈਕਟ ਸਪਲਾਈ ਦੇ ਦਿੱਤੀ ਇੱਥੇ, ਤਾਂ ਰਿਲੇ ਆਨ ਰਹੇਗੀ, ਬੰਦ ਨਹੀਂ ਹੋਣੀ, ਸੜ ਜਾਏਗੀ। ਕਲੀਅਰ ਹੈ ਜੀ? ਸਵਿੱਚ ਤੋਂ ਸਪਲਾਈ ਤੁਸੀਂ ਕਿਤੇ ਵੀ ਦੇ ਸਕਦੇ ਹੋ, ਚਾਹੇ 30 ਨੰਬਰ ਤੇ ਦੇ ਦਿਓ, ਚਾਹੇ 85 ਨੰਬਰ ਤੇ ਦੇ ਦਿਓ, ਚਾਹੇ 8 ਤੋਂ ਦੇ ਦਿਓ, ਚਾਹੇ 87 ਤੋਂ ਲੈ ਲਓ, ਉਹ ਤੁਹਾਡੇ ਤੇ ਡਿਪੈਂਡ ਕਰਦਾ। ਬਟ ਅਗਰ ਪੋਜ਼ਿਟਿਵ ਸਪਲਾਈ ਲੈਣੀ ਆ ਤੇ ਕੋਸ਼ਿਸ਼ ਕਰੋ ਉਹਨੂੰ 85 ਨੰਬਰ ਤੇ ਹੀ ਸਪਲਾਈ ਸਵਿੱਚ ਤੋਂ ਦੇ, ਕਿਉਂਕਿ ਇਸ ਤੇ ਤੁਹਾਡੀ ਸਵਿੱਚ ਕੰਟਰੋਲ ਵਿੱਚ ਆ ਜਾਏਗੀ, ਜਿਹੜੀ ਸਵਿੱਚ ਤੋਂ ਆਉਂਦੀ ਹੈ ਉਹਨੂੰ ਮਤਲਬ 85 ਨੰਬਰ ਤੇ ਲਾਓ, 85 ਨੰਬਰ ਤੇ ਲਾਓ। ਅਗਰ ਪੋਜ਼ਿਟਿਵ ਹੈ ਤਾਂ 85 ਤੇ ਲਾਓ, ਨੈਗੇਟਿਵ ਹੈ ਤਾਂ 86 ਤੇ ਲਾਓ। ਕਲੀਅਰ ਹੈ ਜੀ? ਉਸ ਤੋਂ ਬਾਅਦ 87 ਨੰਬਰ ਤੁਹਾਡਾ ਆਊਟਪੁੱਟ ਆ, ਇੱਥੋਂ ਤੁਹਾਡਾ ਕਰੰਟ ਬਾਹਰ ਨਿਕਲੇਗਾ। ਲੇਕਿਨ ਮਿਸਤਰੀ ਜੀ, ਬੱਲਬ ਤੁਹਾਡਾ ਸਿਸਟਮ ਸਰਕਟ ਤੁਹਾਡਾ ਕਦੋਂ ਚੱਲੇਗਾ? 87 ਦੇ ਕਿਤਨਾ 87 ਨੰਬਰ ਮਿਸਤਰੀ ਜੀ ਆਊਟਪੁੱਟ ਬਾਅਦ ਬਾਹਰ ਕੱਢ ਜਾਏਗਾ, ਬਾਹਰ ਕੱਢੇਗਾ ਨਾ ਕਰੰਟ, ਜੀ ਤੋਂ 87 ਤੇ ਜਾਣੀ ਹੈ, 85 ਅਰਥ ਹੈ, 86 ਤਾਂ 30 ਗਰਮ ਆ, 30 ਪੋਜ਼ਿਟਿਵ ਆ, 86 ਥੋੜਾ ਠੰਡਾ ਵਾ, 85 ਨੰਬਰ ਤੁਹਾਡੀ ਸਵਿੱਚ ਤੋਂ ਸਪਲਾਈ ਆ। ਅਗਰ ਤੁਹਾਡੀ ਪੋਜ਼ਿਟਿਵ ਸਪਲਾਈ ਸਵਿੱਚ ਤੋਂ ਆ ਰਹੀ ਤਾਂ 85 ਤੇ ਲਵੋ, ਅਗਰ ਪੋਜ਼ਿਟਿਵ ਸਪਲਾਈ ਅਰਥ ਆ ਰਹੀ ਤਾਂ ਉਹਨੂੰ ਅਰਥ ਲਓ। ਕਲੀਅਰ ਹੈ ਜੀ? ਉਸ ਤੋਂ ਬਾਅਦ 87 ਨੰਬਰ ਤੁਹਾਡਾ ਆਊਟਪੁੱਟ ਆ, ਇੱਥੋਂ ਤੁਹਾਡਾ ਕਰੰਟ ਬਾਹਰ ਚੱਲੇਗਾ, ਤੇ ਬੱਲਬ ਤੁਹਾਡਾ ਉਦੋਂ ਚੱਲੇਗਾ ਜਦੋਂ ਤੁਸੀਂ ਇਸ ਨੂੰ ਇੱਕ ਨੈਗੇਟਿਵ ਅਰਥ ਨੈਗੇਟਿਵ ਅਰਥ ਲਵੋ।